ਘੋੜਿਆਂ ਦੀ ਸੇਵਾ ਪਿੱਛੇ ਲੜ ਪਏ ਨਿਹੰਗ ਸਿੰਘ। ਇੱਕ ਨਿਹੰਗ ਸਿੰਘ ਨੇ ਦੂਸਰੇ ਨਿਹੰਗ ਸਿੰਘ ਦਾ ਬਾਹ ਨਾਲੋਂ ਹੀ ਵੱਖ ਕੀਤਾ ਕੁੱਟ। ਬਾਜ ਨਾਮਕ ਘੋੜੇ ਦੀ ਸੇਵਾ ਪਿੱਛੇ ਹੋਈ ਸੀ ਲੜਾਈ। ਪੁਲਿਸ ਨੇ ਨਿਹੰਗ ਜਸਵੀਰ ਸਿੰਘ ਨੂੰ ਕੀਤਾ ਕਾਬੂ। ਦੱਸ ਦਈਏ ਕਿ ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਘੋੜਿਆਂ ਦੀ ਸੇਵਾ ਦੇ ਪਿੱਛੇ ਆਪਸ 'ਚ ਹੀ ਨਿਹੰਗ ਸਿੰਘ ਲੜ ਪਏ ਨੇ। ਲੜਾਈ ਇਸ ਕਦਰ ਵੱਧ ਗਈ ਕਿ ਇੱਕ ਨਿਹੰਗ ਸਿੰਘ ਨੇ ਤਲਵਾਰ ਦੇ ਨਾਲ ਵਾਰ ਕਰਕੇ ਦੂਸਰੇ ਨਿਹੰਗ ਸਿੰਘ ਦਾ ਜੜ੍ਹ ਤੋਂ ਹੀ ਗੁੱਟ ਵੱਢ ਦਿੱਤਾ ਅਤੇ ਜ਼ਮੀਨ ਦੇ ਉੱਤੇ ਡਿੱਗ ਜਾਂਦਾ ਹੈ, ਜਿਸ ਤੋਂ ਬਾਅਦ ਨਿਹੰਗ ਸਿੰਘ ਕਾਫ਼ੀ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਜਾਂਦਾ ਹੈ ਅਤੇ ਉਸਨੂੰ ਜ਼ਖਮੀ ਹਾਲਤ ਦੇ ਵਿੱਚ ਹੁਣ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਤਾਂ ਦੱਸ ਦਈਏ ਕਿ ਖਬਰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਨਿਹੰਗ ਸਿੰਘ ਵੱਲੋਂ ਦੂਸਰੇ ਨਿਹੰਗ ਸਿੰਘ 'ਤੇ ਕਿਰਪਾਨ ਦੇ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ। ਮਾਮਲੇ ਸੰਬੰਧੀ SHO ਫਤਿਹਗੜ੍ਹ ਸਾਹਿਬ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਨਿਹੰਗ ਸਿੰਘ ਸੁਖਵੀਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਨੇੜੇ ਸਥਿਤ ਨਿਹੰਗ ਸਿੰਘ ਦੀ ਬਰੋਟਾ ਛਾਉਣੀ ਵਿਖੇ ਘੋੜਿਆਂ ਦੀ ਸੇਵਾ ਚੱਲਦੀ ਹੈ, ਜਿੱਥੇ ਉਹ ਸੇਵਾ ਕਰ ਰਹੇ ਸਨ। ਤਾਂ ਨਿਹੰਗ ਸਿੰਘ ਜਸਵੀਰ ਸਿੰਘ ਨੇ ਕਿਹਾ ਕਿ ਬਾਜ ਨਾਮਕ ਘੋੜੇ ਦੀ ਸੇਵਾ ਮੈਂ ਕਰਾਂਗਾ, ਜਿਸ ਨੂੰ ਨਿਹੰਗ ਸਿੰਘ ਗੁਰਜੰਡ ਸਿੰਘ ਨੇ ਕਿਹਾ ਕਿ ਹੁਣ ਮੈਂ ਸੇਵਾ ਕਰ ਰਿਹਾ ਹਾਂ, ਤੁਸੀਂ ਬਾਅਦ ਵਿੱਚ ਆ ਕੇ ਸੇਵਾ ਕਰ ਲਿਓ। ਜਿਸ 'ਤੇ ਜਸਵੀਰ ਸਿੰਘ ਨੇ ਤੈਸ਼ ਵਿੱਚ ਆ ਕੇ ਆਪਣੀ ਕਿਰਪਾਨ ਕੱਢ ਕੇ ਬਾਜ ਨਾਮਕ ਘੋੜੇ ਦੀ ਗਰਦਨ 'ਤੇ ਵਾਰ ਕਰ ਦਿੱਤਾ ਤਾਂ ਘੋੜਾ ਡਰ ਕੇ ਭੱਜ ਗਿਆ, ਜਿਸ ਮਗਰੋਂ ਜਸਵੀਰ ਸਿੰਘ ਨੇ ਲਲਕਾਰਾ ਮਾਰਦੇ ਹੋਏ ਜਾਨੋਂ ਮਾਰਨ ਦੀ ਨੀਅਤ ਨਾਲ ਕਿਰਪਾਨ ਦਾ ਸਿੱਧਾ ਵਾਰ ਗੁਰਜੰਟ ਸਿੰਘ ਦੇ ਸਿਰ 'ਤੇ ਕਰ ਦਿੱਤਾ, ਜਿਸ ਤੋਂ ਬਚਣ ਦੀ ਕੋਸ਼ਿਸ਼ ਵਿੱਚ ਗੁਰਜੰਟ ਸਿੰਘ ਨੇ ਆਪਣਾ ਖੱਬਾ ਹੱਥ ਸਿਰ ਉੱਤੇ ਰੱਖ ਲਿਆ ਅਤੇ ਜਸਵੀਰ ਸਿੰਘ ਵੱਲੋਂ ਕੀਤਾ ਗਿਆ ਕਿਰਪਾਨ ਦਾ ਵਾਰ ਗੁਰਜੰਟ ਸਿੰਘ ਦੇ ਖੱਬੇ ਗੁੱਟ ਉੱਤੇ ਲੱਗਾ, ਜਿਸ ਕਾਰਨ ਗੁਰਜੰਟ ਸਿੰਘ ਦਾ ਗੁੱਟ ਬਾਂਹ ਦੇ ਨਾਲੋਂ ਵੱਖ ਹੋ ਕੇ ਧਰਤੀ 'ਤੇ ਡਿੱਗ ਪਿਆ। ਜਸਵੀਰ ਸਿੰਘ ਵੱਲੋਂ ਕੀਤਾ ਗਿਆ ਕਿਰਪਾਨ ਦਾ ਅਗਲਾ ਵਾਰ ਗੁਰਜੰਟ ਸਿੰਘ ਦੇ ਸੱਜੇ ਹੱਥ ਦੀ ਹਥੇਲੀ 'ਤੇ ਲੱਗਾ, ਜਿਸ ਕਾਰਨ ਉਸਦੇ ਸੱਜੇ ਹੱਥ 'ਤੇ ਵੀ ਡੂੰਘਾ ਜ਼ਖਮ ਹੋ ਗਿਆ ਅਤੇ ਗੁਰਜੰਟ ਸਿੰਘ ਲਹੂ ਲੁਹਾਣ ਹੋ ਗਿਆ, ਜਿਸ ਤੋਂ ਬਾਅਦ ਜਸਵੀਰ ਸਿੰਘ ਧਮਕੀਆਂ ਦਿੰਦਾ ਹੋਇਆ ਕਿਰਪਾਨ ਸਮੇਤ ਮੌਕੇ ਤੋਂ ਦੌੜ ਗਿਆ। ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਜਦੋਂ ਹਰਕਤ ਦੇ ਵਿੱਚ ਆਈ ਤਾਂ ਨਿਹੰਗ ਸਿੰਘ ਜਸਵੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜੀ, ਇਹ 5/8/2024 ਨੂੰ ਸਾਨੂੰ PGI ਚੰਡੀਗੜ੍ਹ 'ਤੇ ਕਮਜ਼ੋਰ ਹੋਇਆ ਸੀਗਾ ਕਿ ਗੁਰਜੰਟ ਸਿੰਘ ਸਨ ਆਫ ਗੁਰਮੁਖ ਸਿੰਘ ਮਾਸੀ ਪਿੰਡ ਅਲੀਪੁਰ ਇਹ ਦਾਖਲ ਹੋਇਆ ਇਲਾਜ ਲਈ, ਜਿਸ 'ਤੇ ਅਸੀਂ ਜਿਹੜਾ ਸੀਗਾ ਸੁਖਵੀਰ ਸਿੰਘ ਪੁੱਤਰ ਸਿਕੰਦਰ ਸਿੰਘ ਮਾਸੀ ਪਿੰਡ ਬੂਥਗੜ੍ਹ ਇਹਨਾਂ ਦੀ ਅਸੀਂ ਸਟੇਟਮੈਂਟ ਰਿਕਾਰਡ ਕੀਤੀ ਸੀਗੀ, ਜਿਨ੍ਹਾਂ ਆਪਣੀ ਸਟੇਟਮੈਂਟ ਵਿੱਚ ਲਿਖਾਇਆ ਸੀਗਾ ਕਿ ਇਹ ਸਮੇਤ ਗੁਰਜੰਟ ਸਿੰਘ ਦੇ ਘੋੜਿਆਂ ਦੀ ਸੇਵਾ ਕਰ ਰਹੇ ਸੀਗੇ ਅਤੇ ਉੱਥੇ ਇੱਕ ਵਿਅਕਤੀ ਆਇਆ ਸੀ ਜਿਸ ਦਾ ਨਾਂ ਸੀਗਾ ਜਸਵੀਰ ਸਿੰਘ ਪੁੱਤਰ ਸ਼ੇਰ ਸਿੰਘ ਮਾਸੀ ਪਿੰਡ ਮਹਾਦੀਆਂ। ਇਹਨਾਂ ਦਾ ਜਿਹੜਾ ਸੀਗਾ ਕਿ ਘੋੜਿਆਂ ਦੀ ਸੇਵਾ ਕਰਕੇ ਜਿਹੜਾ ਸੀ ਆਪਸ ਵਿੱਚ ਉਹਨਾਂ ਦਾ ਲੜਾਈ ਝਗੜਾ ਹੋ ਗਿਆ ਸੀਗਾ ਤਾਂ ਲੜਾਈ ਝਗੜੇ ਨਾਲ ਜਿਹੜਾ ਜਸਵੀਰ ਸਿੰਘ ਸੀਗਾ ਉਸਨੇ ਵੀ ਤਲਵਾਰ ਨਾਲ ਜਿਹੜਾ ਹੈਗਾ ਗੁਰਜੰਟ ਸਿੰਘ 'ਤੇ ਵਾਰ ਕੀਤਾ ਸੀਗਾ, ਜੋ ਲੜਾਈ ਦੌਰਾਨ ਜਿਹੜਾ ਸੀਗਾ ਕਿ ਗੁਰਜੰਟ ਸਿੰਘ ਦਾ ਜਿਹੜਾ ਖੰਬੇ ਹੱਥ ਦਾ ਜਿਹੜਾ ਰਿਸ਼ਟ ਤੋਂ ਹੱਥ ਲੈ ਗਿਆ ਸੀਗਾ ਅਤੇ ਉਹ ਨੀਚੇ ਗਿਰ ਗਿਆ ਸੀ ਜ਼ਮੀਨ 'ਤੇ ਅਤੇ ਰਾਈਟ ਪਾਮ 'ਤੇ ਜਿਹੜਾ ਹੈਗਾ ਸੀ ਉੱਥੇ ਸੜਦਾ ਨਿਸ਼ਾਨ ਆਇਆ ਸੀਗਾ, ਜਿਸ ਕਰਕੇ ਜਿਹੜਾ ਹੈਗਾ ਸੀ ਮਜਰੂਬੀ ਹਾਲਤ ਵਿੱਚ ਜਿਹੜਾ ਇਲਾਜ ਲਈ ਇਹਨੂੰ ਜਿਹੜਾ ਸੀਗਾ ਦਾਖਲ ਕਰਾਇਆ ਸੀ ਸੀਗਾ। ਅਤੇ ਹੁਣ ਕਿੱਥੇ ਦਾਖਲ ਹੈ ਜੀ? ਇਸ ਫਿਲਹਾਲ ਜਿਹੜਾ ਹੈਗਾ ਕਿ ਮਜਰੂਬ ਜਿਹੜਾ ਹੈਗਾ ਗੁਰਜੰਟ ਸਿੰਘ ਇਹ PGI ਦਾਖਲ ਹੈ, ਇਹਦਾ ਓਪਰੇਸ਼ਨ ਹੋ ਗਿਆ ਅਤੇ ਹੱਥ ਜਿਹੜਾ ਇਹਦਾ ਵਾਪਸ ਜੋੜਤਾ ਗਿਆ। ਸਰ ਇਹ ਕੌਣ ਕੌਣ ਸੀਗੇ ਜੀ ਦੋਨੇ ਗੁਰਜੰਟ ਦੇ ਨਿਹੰਗ ਸਿੰਘ? ਜੀ, ਗੁਰਜੰਟ ਸਿੰਘ ਜੀ ਜਿਹੜੇ ਹੈਗੇ ਇਹ ਜਥੇਦਾਰ ਸੀਗੇ, ਇਹਨਾਂ ਕੋਲ ਘੋੜਿਆਂ ਦੀ ਜਿਹੜੇ ਸੇਵਾ ਦਾ ਇਹਨਾਂ ਕੋਲ ਵਿਚਾਰ ਸੀਗਾ। ਹੁਣ ਗ੍ਰਿਫਤਾਰ ਕਿਹਨੂੰ ਕੀਤਾ ਗਿਆ? ਜੀ, ਇਸ 'ਚ ਜਿਹੜਾ ਹੈਗਾ ਦੋਸ਼ੀ ਜਸਵੀਰ ਸਿੰਘ ਨੂੰ ਜਿਹੜਾ ਹੈਗਾ ਕੱਲ੍ਹ ਮਿਤੀ 6/8 ਨੂੰ ਗ੍ਰਿਫਤਾਰ ਕੀਤਾ ਗਿਆ, ਇਹਨੂੰ ਗੁਰਦੁਆਰਾ ਬਾਣਗੜ੍ਹ ਸਾਹਿਬ ਦੇ ਨੇੜੇ ਤੋਂ ਗ੍ਰਿਫਤਾਰ ਕੀਤਾ ਗਿਆ। ਜਿਹੜਾ ਜਸਵੀਰ ਸਿੰਘ ਹੈ ਜੀ, ਇਸ 'ਤੇ ਪਹਿਲਾਂ ਵੀ 178/18 ਮੁਕੱਦਮਾ ਦਰਜਾ ਥਾਣਾ ਫਤਿਹਗੜ੍ਹ ਸਾਹਿਬ ਦਾ ਅੰਡਰ ਸੈਕਸ਼ਨ 330-324 IPC ਦਾ, ਅਤੇ ਇਸ ਮੁਕੱਦਮੇ ਵਿੱਚ ਪਹਿਲਾਂ ਭਗੌੜਾ ਵੀ ਰਿਹਾ ਜਿਹਨੂੰ ਫੜਿਆ ਗਿਆ ਸੀਗਾ। ਗੱਲ ਕੀਤੀ ਹੈ ਵੀ ਕੋਈ ਰਿਕਵਰੀ ਵਗੈਰਾ ਵੀ ਹੋਈ ਹੈ ਜਿਹਨਾਂ ਨਾਲ ਇਹਨਾਂ ਹੱਥ ਵੱਢਿਆ, ਕੋਈ ਕਿਰਪਾਨ ਵਾਲੇ ਜਾਂ ਤੇਜ਼ਧਾਰ ਹਥਿਆਰ ਨਾਲ ਕਿਸੇ ਨਾਲ? ਜੀ, ਜਿਹੜੇ ਹਥਿਆਰ ਨਾਲ ਇਹਨੇ ਮਾਰ ਕੀਤਾ ਸੀ ਗੁਰਜੰਟ ਸਿੰਘ 'ਤੇ ਉਹ ਅਸੀਂ ਇਸ ਤਰ੍ਹਾਂ ਕਵਰ ਕਰ ਲਿਆ ਦੋਸ਼ੀ। ਠੀਕ ਹੈ, ਹੁਣ ਜੇਲ੍ਹ ਭੇਜ ਦਿੱਤਾ ਜਾਂ? ਜੀ ਹਾਂਜੀ, ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀਗਾ
ਜਿੱਥੇ ਇਹਨੂੰ ਜਿਹੜਾ ਹੈਗਾ ਕਿ ਜੁਡੀਸ਼ੀਅਲ ਕਸਟਡੀ ਵਿੱਚ ਭੇਜਤਾ ਗਿਆ। ਠੀਕ।